ਸਾਡੇ ਨਾਲ ਜਿਹੜੇ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ ਗੱਲ ਕਰੀਏ ਕਿ ਜਲੰਧਰ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੇ, ਪਰ ਲੋਕਾਂ ਦੀ ਸਮੱਸਿਆ ਮੇਨ ਆ ਸੀਵਰੇਜ ਦਾ ਗੰਦਾ ਪਾਣੀ, ਲੋਕ ਬਹੁਤ ਪਰੇਸ਼ਾਨ ਨੇ ਵੈਸਟ ਏਰੀਏ ਦੇ। ਦੇਖੋ ਮਹਿੰਦਰ ਭਗਤ ਜੀ MLA ਬਣਦੇ ਆ ਅਤੇ 4-5 ਮਹੀਨਿਆਂ ਦੇ ਵਿੱਚ ਸਮੱਸਿਆ ਹੱਲ ਹੋ ਜਾਣੀ ਹੈ। ਲੋਕ ਸ਼ੀਤਲ ਉਂਗਰਾਲ ਨੂੰ ਬਹੁਤ ਘੋਸਦੇ ਹੋਏ ਨਜ਼ਰ ਆਏ, ਕਹਿੰਦੇ 2 ਸਾਲ ਹੋ ਗਏ ਪਰ ਇੱਕ ਵਾਰੀ ਵੀ ਨਹੀਂ ਵੜੇ। ਤਦੀ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਜੀ, ਜਿਹਨਾਂ ਨੇ ਕੰਮ ਕਰਨੇ ਪਾਰਟੀਆਂ ਨੂੰ ਛੱਡਦੇ ਹੁੰਦੇ ਕੰਮ ਕਰਾਉਂਦੇ, ਲੋਕਾਂ ਦੀ ਸਰਕਾਰ ਸੀ। 2 ਸਾਲ 'ਚ ਲੋਕਾਂ ਨੇ ਕੰਮ ਕੀਤੇ ਹੁੰਦੇ ਤਾਂ ਪਾਰਟੀ ਛੱਡਣ ਦੀ ਵੀ ਕੀ ਲੋੜ। ਸਰ ਵੈਸਟ ਦੇ ਨਸ਼ੇ ਦੀ ਵੀ ਬੜੀ ਸਮੱਸਿਆ ਵਾ। ਦੇਖੋ ਨਸ਼ੇ ਦੀ ਸਮੱਸਿਆ ਤਾਂ ਜਿੱਥੇ ਵੀ ਹੈ ਜੀ, ਮੁੱਖ ਮੰਤਰੀ ਨੇ ਪੁਲਿਸ ਨੂੰ ਸਖ਼ਤ ਨਿਰਦੇਸ਼ ਆ। ਤੁਸੀਂ ਦੇਖੋ ਇਸ ਵੇਲੇ ਸਾਨੂੰ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਪੁਲਿਸ ਕੋਲ ਇਸ ਗੱਲ ਦੀ, ਪੁਲਿਸ ਦੀ ਸਪੋਰਟ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ, ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾਈਏ। ਠੀਕ, ਥੈਂਕ ਯੂ ਸਰ। ਇਸ ਸਨ ਸਾਡੇ ਨਾਲ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਦੇ ਨਾਲ ਰਲ ਕੇ ਜਿਹੜਾ ਨਸ਼ੇ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੈਲਕਾ ਪੰਜਾਬੀ TV। ਸਾਡੇ ਨਾਲ ਜਿਹੜੇ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ ਗੱਲ ਕਰੀਏ ਕਿ ਜਲੰਧਰ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੇ, ਪਰ ਲੋਕਾਂ ਦੀ ਸਮੱਸਿਆ ਮੇਨ ਆ ਸੀਵਰੇਜ ਦਾ ਗੰਦਾ ਪਾਣੀ, ਲੋਕ ਬਹੁਤ ਪਰੇਸ਼ਾਨ ਨੇ ਵੈਸਟ ਏਰੀਏ ਦੇ। ਦੇਖੋ ਮਹਿੰਦਰ ਭਗਤ ਜੀ MLA ਬਣਦੇ ਆ ਅਤੇ 4-5 ਮਹੀਨਿਆਂ ਦੇ ਵਿੱਚ ਸਮੱਸਿਆ ਹੱਲ ਹੋ ਜਾਣੀ ਹੈ। ਲੋਕ ਸ਼ੀਤਲ ਉਂਗਰਾਲ ਨੂੰ ਬਹੁਤ ਘੋਸਦੇ ਹੋਏ ਨਜ਼ਰ ਆਏ, ਕਹਿੰਦੇ 2 ਸਾਲ ਹੋ ਗਏ ਪਰ ਇੱਕ ਵਾਰੀ ਵੀ ਨਹੀਂ ਵੜੇ। ਤਦੀ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਜੀ, ਜਿਹਨਾਂ ਨੇ ਕੰਮ ਕਰਨੇ ਪਾਰਟੀਆਂ ਨੂੰ ਛੱਡਦੇ ਹੁੰਦੇ ਕੰਮ ਕਰਾਉਂਦੇ, ਲੋਕਾਂ ਦੀ ਸਰਕਾਰ ਸੀ। 2 ਸਾਲ 'ਚ ਲੋਕਾਂ ਨੇ ਕੰਮ ਕੀਤੇ ਹੁੰਦੇ ਤਾਂ ਪਾਰਟੀ ਛੱਡਣ ਦੀ ਵੀ ਕੀ ਲੋੜ। ਸਰ ਵੈਸਟ ਦੇ ਨਸ਼ੇ ਦੀ ਵੀ ਬੜੀ ਸਮੱਸਿਆ ਵਾ। ਦੇਖੋ ਨਸ਼ੇ ਦੀ ਸਮੱਸਿਆ ਤਾਂ ਜਿੱਥੇ ਵੀ ਹੈ ਜੀ, ਮੁੱਖ ਮੰਤਰੀ ਨੇ ਪੁਲਿਸ ਨੂੰ ਸਖ਼ਤ ਨਿਰਦੇਸ਼ ਆ। ਤੁਸੀਂ ਦੇਖੋ ਇਸ ਵੇਲੇ ਸਾਨੂੰ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਪੁਲਿਸ ਕੋਲ ਇਸ ਗੱਲ ਦੀ, ਪੁਲਿਸ ਦੀ ਸਪੋਰਟ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ, ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾਈਏ। ਠੀਕ, ਥੈਂਕ ਯੂ ਸਰ। ਇਸ ਸਨ ਸਾਡੇ ਨਾਲ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਦੇ ਨਾਲ ਰਲ ਕੇ ਜਿਹੜਾ ਨਸ਼ੇ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੈਲਕਾ ਪੰਜਾਬੀ TV। ਸਾਡੇ ਨਾਲ ਜਿਹੜੇ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ ਗੱਲ ਕਰੀਏ ਕਿ ਜਲੰਧਰ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੇ, ਪਰ ਲੋਕਾਂ ਦੀ ਸਮੱਸਿਆ ਮੇਨ ਆ ਸੀਵਰੇਜ ਦਾ ਗੰਦਾ ਪਾਣੀ, ਲੋਕ ਬਹੁਤ ਪਰੇਸ਼ਾਨ ਨੇ ਵੈਸਟ ਏਰੀਏ ਦੇ। ਦੇਖੋ ਮਹਿੰਦਰ ਭਗਤ ਜੀ MLA ਬਣਦੇ ਆ ਅਤੇ 4-5 ਮਹੀਨਿਆਂ ਦੇ ਵਿੱਚ ਸਮੱਸਿਆ ਹੱਲ ਹੋ ਜਾਣੀ ਹੈ। ਲੋਕ ਸ਼ੀਤਲ ਉਂਗਰਾਲ ਨੂੰ ਬਹੁਤ ਘੋਸਦੇ ਹੋਏ ਨਜ਼ਰ ਆਏ, ਕਹਿੰਦੇ 2 ਸਾਲ ਹੋ ਗਏ ਪਰ ਇੱਕ ਵਾਰੀ ਵੀ ਨਹੀਂ ਵੜੇ। ਤਦੀ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਜੀ, ਜਿਹਨਾਂ ਨੇ ਕੰਮ ਕਰਨੇ ਪਾਰਟੀਆਂ ਨੂੰ ਛੱਡਦੇ ਹੁੰਦੇ ਕੰਮ ਕਰਾਉਂਦੇ, ਲੋਕਾਂ ਦੀ ਸਰਕਾਰ ਸੀ। 2 ਸਾਲ 'ਚ ਲੋਕਾਂ ਨੇ ਕੰਮ ਕੀਤੇ ਹੁੰਦੇ ਤਾਂ ਪਾਰਟੀ ਛੱਡਣ ਦੀ ਵੀ ਕੀ ਲੋੜ। ਸਰ ਵੈਸਟ ਦੇ ਨਸ਼ੇ ਦੀ ਵੀ ਬੜੀ ਸਮੱਸਿਆ ਵਾ। ਦੇਖੋ ਨਸ਼ੇ ਦੀ ਸਮੱਸਿਆ ਤਾਂ ਜਿੱਥੇ ਵੀ ਹੈ ਜੀ, ਮੁੱਖ ਮੰਤਰੀ ਨੇ ਪੁਲਿਸ ਨੂੰ ਸਖ਼ਤ ਨਿਰਦੇਸ਼ ਆ। ਤੁਸੀਂ ਦੇਖੋ ਇਸ ਵੇਲੇ ਸਾਨੂੰ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਪੁਲਿਸ ਕੋਲ ਇਸ ਗੱਲ ਦੀ, ਪੁਲਿਸ ਦੀ ਸਪੋਰਟ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ, ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾਈਏ। ਠੀਕ, ਥੈਂਕ ਯੂ ਸਰ। ਇਸ ਸਨ ਸਾਡੇ ਨਾਲ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਦੇ ਨਾਲ ਰਲ ਕੇ ਜਿਹੜਾ ਨਸ਼ੇ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੈਲਕਾ ਪੰਜਾਬੀ TV।